ਹੈਲੋ ਵੀ ਅੱਜ ਮੈਂ ਵੀਡੀਓ ਬਣਾਈ ਆ ਮਤਲਬ ਮੇਰੇ ਆਈਲੈਟਸ ਦੇ ਪੇਪਰ ਬਾਰੇ ਤੇ ਮੇਰਾ ਪੇਪਰ ਹੋਇਆ ਸੀਗਾ ਤੇ ਇਹਦਾ ਰਿਜ਼ਲਟ ਆਇਆਗਾ ਆਪਣਾ ਜਿਵੇਂ IDP ਨੇ ਦੱਸਿਆ ਵੀ 13 ਦਿਨਾਂ ਬਾਅਦ ਹੁੰਦਾ ਨਾ ਇਹਦਾ ਰਿਜ਼ਲਟ ਤੇ ਪੇਪਰ ਦਾ ਮਤਲਬ ਜਿਹੜਾ ਹਰੇਕ ਨਾਲ ਹੁੰਦਾ ਹੈਗਾ ਮੇਰਾ ਵੀ ਉਹੀ ਹਾਲ ਸੀ ਵੀ ਜਿੰਨੀ ਤਿਆਰੀ ਸੀ ਉਸ ਤੋਂ ਤਾਂ ਘੱਟ ਹੀ ਹੋਇਆ ਸੀਗਾ ਪੇਪਰ ਤੇ ਮਤਲਬ ਜਿਨ੍ਹਾਂ ਦਾ ਡਰ ਹੁੰਦਾ ਇਹਨਾਂ 'ਚ ਘਟਣਗੇ ਉਹਨਾਂ 'ਚ ਵਾਧਾ ਆਏ ਨੇ ਬੈਂਡ ਜਿਨ੍ਹਾਂ ਦਾ ਹੁੰਦਾ ਵੀ ਇਹ ਮੇਰੇ ਪੇਪਰ ਸਹੀ ਹੋਏ ਨੇਗੇ ਉਹਨਾਂ 'ਚ ਘੱਟ ਨੇ ਸਭ ਤੋਂ ਪਹਿਲਾਂ ਮੈਂ ਦੱਸਦਾ ਲਿਸਨਿੰਗ ਬਾਰੇ ਕਿਉਂਕਿ ਇਹਦਾ ਪੇਪਰ ਸਭ ਤੋਂ ਪਹਿਲਾਂ ਹੀ ਹੁੰਦਾ ਨਾ ਲਿਸਨਿੰਗ ਦਾ ਅਤੇ ਜਦੋਂ ਇਹਦੇ ਲਿਸਨਿੰਗ ਮੇਰੀ ਕੰਪਲੀਟ ਹੋਈ ਮੈਨੂੰ ਆਸ ਵੀ ਪੂਰੇ ਵਧੀਆ ਬੈਂਡ ਆਉਣਗੇ ਕਿਉਂਕਿ ਇੱਕ ਤਾਂ ਵੈਸੇ ਹੀ ਈਜ਼ੀ ਹੁੰਦੀ ਆ ਘਰ ਵੀ ਇਹਦੀ ਪ੍ਰੈਕਟਿਸ ਵੀ ਵਧੀਆ ਸੀ ਕਦੇ ਘਰ ਵੀ ਨਹੀਂ ਇਸ 'ਚੋਂ ਬੈਂਡ ਘਟੇ ਸੀ ਜਦੋਂ ਰਿਜ਼ਲਟ ਆਇਆ ਪਰ ਕੰਮ ਉਲਟ ਹੋ ਗਿਆ ਇਸ 'ਚੋਂ ਬੈਂਡ ਘਟੇ ਜਿਨ੍ਹਾਂ ਦਾ ਡਰ ਹੁੰਦਾ ਵੀ ਦੂਸਰੇ ਔਖੇ ਨੇ ਜਿਵੇਂ ਮੈਨੂੰ ਰੀਡਿੰਗ ਸੀਗੀ ਰੀਡਿੰਗ ਦੇ ਮੇਰੇ ਘਰ ਆ ਨਹੀਂ ਪਤਾ ਕਦੇ 40-19 ਰਹਿ ਜਾਂਦੇ ਕਦੇ 32 ਆ ਜਾਂਦੇ ਇਹ ਜਾਂ ਇੰਨਾ ਫਰਕ ਪੈ ਰਿਹਾ ਸੀਗਾ ਮੇਰੇ ਰੀਡਿੰਗ 'ਚ ਵਧੇ ਅਤੇ ਲਿਸਨਿੰਗ 'ਚ ਘਟੇ ਇੰਨਾ ਜ਼ਿਆਦਾ ਮਤਲਬ ਡਿਫਰੈਂਸ ਸੀਗਾ ਰਿਜ਼ਲਟ ਜਦੋਂ ਮੈਂ ਦੇਖਿਆ ਅਤੇ ਜਿਹੜੀ ਹੋਰ ਗੱਲ ਸੀ ਨਾ ਮਤਲਬ ਮੈਨੂੰ ਜ਼ਿਆਦਾ ਦਿੱਕਤ ਲੱਗੀ ਵੈਸੇ ਤਾਂ ਮੈਨੂੰ ਮੈਡਮ ਨੇ ਪਹਿਲੇ ਦੱਸਿਆ ਸੀ ਵੀ ਲੋਕਡਾਊਨ ਤੋਂ ਬਾਅਦ ਨਾ ਇਹ ਚੀਜ਼ਾਂ ਦਾ ਫਰਕ ਪੈ ਰਿਹਾ ਜਿਹੜੀ ਲਿਸਨਿੰਗ ਉਹਦੀ ਸਪੀਡ ਤੇਜ਼ ਆ ਰਹੀ ਹੈ ਮਤਲਬ ਸਪੀਡ ਉਹਦੀ ਬਹੁਤ ਫਾਸਟ ਹੁੰਦੀ ਆ ਇੰਨੀ ਵੀ ਨਹੀਂ ਮਤਲਬ ਜੇ ਆਪਾਂ ਯੂਟਿਊਬ 'ਤੇ ਵੀ ਲਿਸਨਿੰਗ ਕਰੀਏ ਤਾਂ 1.25 ਦੀ ਸਪੀਡ ਕਰਕੇ ਆਪਾਂ ਲਿਸਨਿੰਗ ਕਰ ਸਕਦੇ ਹਾਂ ਉਹਦੀ ਵੀ ਪ੍ਰੈਕਟਿਸ ਕੀਤੀ ਸੀਗੀ ਅਤੇ ਇੰਨੀ ਕੁ ਜ਼ਿਆਦਾ ਫਾਸਟ ਹੁੰਦੀ ਆ ਕੰਪਲੀਟ ਉਹ ਪੂਰੇ 30 ਮਿੰਟਾਂ 'ਚ ਹੀ ਕਰਦੇ ਨੇਗੇ ਲਿਸਨਿੰਗ ਇੱਕ ਅਤੇ ਚੱਕਰ ਇਹ ਹੁੰਦਾ ਵੀ ਜਦੋਂ ਇੱਕ ਪਾਰਟ ਆਪਣੇ ਕੰਪਲੀਟ ਹੁੰਦਾ 10 ਕੁਐਸਚਨ ਦਾ ਉਹ ਫਿਰ ਉਹ ਆਪਾਂ ਨੂੰ ਕਹਿ ਦਿੰਦਾ ਵੀ ਯੂ ਹੈਵ 45 ਸੈਕਿੰਡ ਟੂ ਚੈੱਕ ਯੂਅਰ ਆਨਸਰਸ ਉਹ ਉੱਥੇ ਜਾ ਕੇ ਉਹ ਸਾਰਾ ਗੈਪ ਪੂਰਾ ਕਰ ਦਿੰਦੇ ਜਿੰਨਾ ਵੀ ਟਾਈਮ ਦਾ ਫਰਕ ਪਿਆ ਹੁੰਦਾ ਅਤੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਸਪੀਕਿੰਗ ਦੀ ਸਪੀਕਿੰਗ ਮੇਰਾ ਫਸਟ ਪਾਰਟ 'ਚ ਉਹਨਾਂ ਨੇ ਮੈਨੂੰ ਪੁੱਛਿਆ ਇੰਟਰੋ ਹੋਈ ਅਤੇ ਫਿਰ ਉਹਨਾਂ ਨੇ ਪੁੱਛਿਆ ਵੈਦਰ ਬਾਰੇ ਸਾਰੀਆਂ ਗੱਲਾਂ ਬਾਤਾਂ ਕੁਐਸਚਨ ਸਹੀ ਜਾ ਰਹੇ ਸੀ ਆਨਸਰ ਵਧੀਆ ਸੀ ਅਤੇ ਇਹਦੇ ਵਿੱਚ ਵੀ ਮਤਲਬ ਜਿੰਨੀ ਆਪਣੀ ਤਿਆਰੀ ਹੁੰਦੀ ਆ ਮੈਂ ਇੰਨੀ ਵੋਕੈਬ ਲਿਖੀ ਹੋਈ ਸੀ ਇੰਨੇ ਜ਼ਿਆਦਾ ਕਨੈਕਟਰ ਵੀ ਮੈਂ ਆਹ ਕਰਾਂ ਠੀਕ ਆ ਉੱਥੇ ਜਾ ਕੇ ਪੁੱਛਣਾ ਯਾਦ ਆਵੇ ਫਿਰ ਨੈਕਸਟ ਆਇਆ ਆਪਣਾ ਕਿਊ ਕਾਰਡ ਜਿਹਦੇ ਵਿੱਚ ਆਪਾਂ ਨੇ 2 ਮਿੰਟ ਬੋਲਣਾ ਹੁੰਦਾ ਇੱਕ ਕਿਸੇ ਟੋਪਿਕ 'ਤੇ ਅਤੇ ਉਹਨਾਂ ਨੇ ਮੈਨੂੰ ਟੋਪਿਕ ਦਿੱਤਾ ਵੀ ਕੋਈ ਸਪੈਸ਼ਲ ਓਕੇਜ਼ਨ ਡਿਸਕ੍ਰਾਈਬ ਕਰੋ ਜਿਹਦੇ ਲਈ ਤੁਹਾਨੂੰ ਲੰਬੇ ਸਮੇਂ ਲਈ ਵੇਟ ਕਰਨੀ ਪਈ ਅਤੇ ਮੈਂ ਮਤਲਬ ਘਰ ਇਹ ਤਿਆਰ ਕੀਤਾ ਹੋਇਆ ਸੀਗਾ ਵੀ ਮੇਰੇ ਜਿਹੜਾ ਇੱਕ ਮੇਰਾ ਫਰੈਂਡ ਆ ਉਹਦਾ ਮਤਲਬ ਮੈਰਿਜ ਸੀਗੀ ਅਤੇ ਮਤਲਬ ਉਹ ਬਹੁਤ ਲੰਬੇ ਸਮੇਂ ਬਾਅਦ ਉਹਨਾਂ ਨੇ ਦੁਬਾਰਾ ਔਰਗਨਾਈਜ਼ ਕੀਤੀ ਸੀਗੀ ਲੋਕਡਾਊਨ ਤੋਂ ਬਾਅਦ ਅਤੇ ਮੈਂ ਮਤਲਬ ਐਵੇਂ ਬਣਾਇਆ ਸੀ ਉੱਥੇ ਜਾ ਕੇ ਸਾਰਾ ਕੁਛ ਉਲਟ ਹੋਇਆ ਮੈਨੂੰ ਪਹਿਲਾਂ ਤਾਂ ਕੁਛ ਨਾ ਯਾਦ ਆਇਆ ਫਿਰ ਮੈਂ ਸਾਰੀਆਂ ਗੱਲਾਂ ਬਾਤਾਂ ਜੀ ਕਰਕੇ ਵੀ ਬਹੁਤ ਵਾਰ ਹੁੰਦਾ ਅਕਸਰ ਹੁੰਦਾ ਹੀ ਰਹਿੰਦਾ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਫਿਰ ਮੈਂ ਜੋੜਿਆ ਵੀ ਮੇਰਾ ਕਜ਼ਨ ਆਇਆ ਉਹ ਕੈਨੇਡਾ ਤੋਂ ਆਇਆ ਸੀਗਾ ਅਤੇ 5 ਸਾਲਾਂ ਬਾਅਦ ਆਇਆ ਅਤੇ ਆਇਆ ਤਾਂ ਵਿਆਹ ਕਰਨਾ ਸੀਗਾ ਉੱਧਰੋਂ ਲੋਕਡਾਊਨ ਹੋਇਆ ਫਿਰ ਲੋਕਡਾਊਨ ਖੁੱਲ੍ਹਿਆ ਫਿਰ ਦੁਬਾਰੇ ਸਾਰੀ ਪ੍ਰੀਕੋਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਔਰਗਨਾਈਜ਼ ਕੀਤੀ ਅਤੇ 1.5 ਮਿੰਟ ਤਾਂ ਮਤਲਬ ਸਹੀ ਚੱਲਿਆ ਉਸ ਤੋਂ ਅੱਗੇ ਕੋਈ ਲੈਣਾ ਹੀ ਨਹੀਂ ਜੋੜਨ ਦੇਣਾ ਅਤੇ ਉਹ ਵੀ ਨਹੀਂ ਮੈਨੂੰ ਐਗਜ਼ਾਮੀਨਰ ਵੀ ਰੋਕ ਨਹੀਂ ਰਿਹਾ ਸੀ ਵੈਸੇ 1.5 ਮਿੰਟ ਬਾਅਦ ਰੋਕ ਵੀ ਦਿੰਦੇ ਹੁੰਦੇ ਆ ਅਤੇ ਇਸ ਤੋਂ ਬਾਅਦ ਫਿਰ ਮੇਰਾ ਜਿਹੜਾ ਆਪਣਾ ਮੇਨ ਰੂਲ ਹੁੰਦਾ ਫਿਰ ਮੈਂ ਉਹੀ ਵਰਤਿਆ ਅਤੇ ਮੈਂ ਹੋਇਆ ਸ਼ੁਰੂ ਵੀ ਬਾਰਿਸ਼ ਆਤਾ ਹੈ ਤਾਂ ਪਾਣੀ ਆਤਾ ਹੈ ਜਬ ਜ਼ਿਆਦਾ ਬਾਰਿਸ਼ ਆਤਾ ਹੈ ਤਾਂ ਜ਼ਿਆਦਾ ਪਾਣੀ ਆਤਾ ਅਤੇ ਫਿਰ ਨੈਕਸਟ ਮੈਂ ਦੱਸਦਾ ਰਾਈਟਿੰਗ ਬਾਰੇ ਟਾਸਕ 1 ਸੀ ਮੇਰਾ ਬਾਰਗ੍ਰਾਫ ਮਤਲਬ ਸਹੀ ਸੀ ਉਹ ਮਤਲਬ ਤਿਆਰੀ 'ਚ ਉਹ ਪੂਰਾ ਵਧੀਆ ਪ੍ਰਪੇਅਰ ਕੀਤਾ ਹੋਇਆ ਸੀਗਾ ਅਤੇ ਉੱਥੇ ਵੀ ਮੈਂ ਵਧੀਆ ਲਿਖਿਆ ਗੱਲ ਕਰ ਟਾਈਮ ਜਿਹੜਾ ਆਪਣੇ 20 ਮਿੰਟਾਂ 'ਚ ਕਰਨਾ ਹੁੰਦਾ ਮੈਂ ਉਹਨੂੰ ਕੀਤਾ ਉੱਥੇ 25 ਮਿੰਟ 'ਚ ਕਿਉਂਕਿ ਪ੍ਰੈਕਟਿਸ ਨਹੀਂ ਸੀ 30 ਅਕਤੂਬਰ ਨੂੰ ਮੇਰਾ ਪੇਪਰ ਸੀ ਅਤੇ ਮੈਂ 16 ਅਕਤੂਬਰ ਤੋਂ ਬਾਅਦ ਕਦੇ ਨਾ ਟਿਊਸ਼ਨ ਗਿਆ ਸੀ ਪੜ੍ਹਨ ਨਾ ਮੈਂ ਘਰ ਤਿਆਰੀ ਕੀਤੀ ਸੀ ਰਾਈਟਿੰਗ ਦੀ ਤਾਂ ਖਾਲੀ ਸਪੀਕਿੰਗ ਦੀ ਤਿਆਰੀ ਕਰਦਾ ਹੁੰਦਾ ਸੀਗਾ ਅਤੇ ਜਦੋਂ ਮੈਂ ਟਾਸਕ 1 ਕੀਤਾ ਉਹ ਮੇਰਾ ਸਹੀ ਗਿਆ ਮਤਲਬ 25 ਮਿੰਟ 'ਚ ਹੋਇਆ ਪੂਰਾ ਫਿਰ ਟਾਸਕ 2 ਦੀ ਜਦੋਂ ਵਾਰੀ ਮੈਂ ਦੇਖਿਆ ਉਹ ਮਤਲਬ ਇੰਨਾ ਜ਼ਿਆਦਾ ਬੁਰਾ ਹਾਲ ਸੀ ਉਹ ਟਾਸਕ ਮੈਨੂੰ ਕੁਝ ਉਹਦੇ ਬਾਰੇ ਕੋਈ ਵੀ ਆਈਡੀਆਜ਼ ਨਹੀਂ ਸੀਗੇ ਅਤੇ ਮਤਲਬ ਬਹੁਤ ਔਖਾ ਹੋ ਕੇ ਉਹ ਟਾਸਕ ਲਿਖਿਆ ਅਤੇ ਫਿਰ ਉਹੀ ਆਈਡੀਆ ਹੀ ਵਰਤੇ ਵੀ ਉਹਦੇ ਵਿੱਚ ਹੁਣ ਧੱਕੇ ਨਾਲ ਵਕੈਬ ਉਹ ਪਾਈ ਆਪਾਂ ਮਤਲਬ ਵੀ ਉਹਨਾਂ ਨੂੰ ਮਤਲਬ ਅਟਰੈਕਟਿਵ ਜਿਹਾ ਬਣਾਈਏ ਆਈਡੀਆਜ਼ ਕੁਝ ਵੀ ਨਹੀਂ ਵਕੈਬ ਹੀ ਵਕੈਬ ਕਿਧਰੇ ਕੁਛ ਮੈਂ ਇਰੇਜ਼ ਕਰ ਇਹੋ ਜਿਹੇ ਵਕੈਬ ਦੇ ਵਰਡ ਲਿਖੇ ਵੀ ਮੈਨੂੰ ਬੈਂਡ ਦੇ ਦੇਣ ਹੋ ਕਿਵੇਂ ਨਾ ਕਿਵੇਂ ਅਤੇ ਫਿਰ ਮੈਂ ਜਦੋਂ ਘਰ ਆਇਆ ਮੈਂ ਸਭ ਤੋਂ ਪਹਿਲਾਂ ਮੈਡਮ ਨੂੰ ਮੇਰੇ ਆਹੀ ਟਾਸਕ 2 ਬਾਰੇ ਦੱਸਿਆ ਵੀ ਜਦੋਂ ਮੈਂ ਟਾਸਕ ਦੇਖਿਆ ਮੈਨੇ ਉਸੇ ਉਸਕੋ ਇਤਨਾ ਦੇਖਾ ਜਿਤਨਾ ਦੇਖਾ ਜਾ ਸਕਤਾ ਥਾ ਲੇਕਿਨ ਫਿਰ ਵੀ ਦੋ ਆਂਖੋਂ ਸੇ ਕਿਤਨਾ ਦੇਖਾ ਜਾ ਸਕਤਾ ਆਏ ਹਾਏ 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 ਆਏ ਹਾਏ 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 ਚੱਸਾ ਕੀਤਾ ਮੈਂ ਟਾਸਕ 1 ਵੀ ਗਲਤ ਸੀ ਕਿਉਂਕਿ ਫਿਰ ਜ਼ਿਆਦਾ ਤਿਆਰੀ ਕਰੀ ਬੈਠਾ ਸੀ ਨਾ ਅਤੇ ਉਹ ਆਪਣਾ ਹੁੰਦਾ ਵੀ ਇੰਟਰੋ ਅਤੇ ਉਸ ਤੋਂ ਬਾਅਦ ਓਵਰਆਲ ਫਿਰ ਹੁੰਦਾ BP1 BP2 ਮੈਂ 25 ਮਿੰਟਾਂ 'ਚ ਸਿਰਫ ਪਹਿਲਾਂ ਤਾਂ ਇੰਟਰੋ ਲਿਖਤੀ ਫਿਰ BP1 ਲਿਖਤਾ ਫਿਰ BP2 ਓਵਰਆਲ ਮੈਂ ਛੱਡਤਾ ਮੈਂ ਸਕਿੱਪ ਮਤਲਬ ਮੇਰੇ ਯਾਦ ਹੀ ਨਹੀਂ ਸੀ ਵੀ ਇਹ ਵੀ ਲਿਖ ਦਿੰਦੇ ਆ ਅਤੇ ਜਦੋਂ ਟਾਸਕ 2 ਹੋਇਆ ਦੋਨਾਂ ਮਤਲਬ ਪੂਰਾ ਰਾਈਟਿੰਗ ਦਾ ਜਦੋਂ ਮੈਂ ਕੀਤਾ ਕੰਪਲੀਟ ਅਤੇ 8 ਮਿੰਟ ਬਚੇ ਮੈਂ ਦੇਖਿਆ ਵੀ ਇੰਨਾਂ ਤਾਂ ਮੈਂ ਛੇਤੀ ਛੇਤੀ ਕਦੇ ਵੀ ਨਹੀਂ ਲਿਖਦਾ ਹੁੰਦਾ ਸੀਗਾ ਘਰੇ ਘਰੇ ਵੀ ਅਤੇ ਫਿਰ ਮੈਂ ਚੈੱਕ ਕੀਤਾ ਵੀ ਉਹ ਜਿਹੜਾ ਟਾਸਕ 1 ਉਹ ਕੁਝ ਜ਼ਿਆਦਾ ਛੋਟਾ ਹੈਗਾ ਅਤੇ ਫਿਰ ਮੈਨੂੰ ਪਤਾ ਲੱਗਿਆ ਵੀ ਓਵਰਆਲ ਤਾਂ ਮੈਂ ਛੱਡਤਾ
ਤੇ ਹੁਣ ਇਰੇਜ਼ ਕਰਕੇ ਵੀ ਨਹੀਂ ਲਿਖ ਸਕਦਾ ਸੀ 8 ਮਿੰਟਾਂ 'ਚ ਲਿਖਿਆ ਨਹੀਂ ਜਾਂਦਾ ਅਤੇ ਫਿਰ ਮੈਂ ਕੀ ਕੀਤਾ ਲਾਸਟ 'ਤੇ ਜਾ ਕੇ ਓਵਰਆਲ ਲਿਖ ਗਿਆ ਅਤੇ ਮੈਂ ਮਤਲਬ ਹੁਣ ਕੁੱਲ ਮਿਲਾ ਕੇ ਦੱਸਾਂ ਵੀ ਜਿਵੇਂ ਕਿ ਮੇਰਾ ਪੇਪਰ ਹੋਇਆ ਸੀ ਮੈਨੂੰ ਸਪੀਕਿੰਗ ਅਤੇ ਲਿਸਨਿੰਗ ਦੀ ਮਤਲਬ ਪੂਰੀ ਆਸ ਸੀ ਵੀ ਵਧੀਆ ਪੇਪਰ ਹੋਏ ਨੇਗੇ ਵੀ ਵਧੀਆ ਬੈਂਡ ਹੋਣਗੇ ਇਸ ਤੋਂ ਤਾਂ ਵੀ ਘੱਟਦੇ ਨਹੀਂ ਅਤੇ ਡਰ ਸੀਗਾ ਰਾਈਟਿੰਗ ਦਾ ਆਪਣਾ ਕਿਉਂਕਿ ਮੈਂ ਉਹ ਜ਼ਿਆਦਾ ਤਿਆਰੀ ਕਰਕੇ ਉਹ ਛੱਡ ਕੇ ਆਇਆ ਸੀਗਾ ਓਵਰਆਲ ਲਿਖਣਾ ਸੈਂਟਰ 'ਚੋਂ ਫਿਰ ਮੈਂ ਲਾਸਟ 'ਤੇ ਜਾ ਕੇ ਵੀ ਐਂਡ 'ਤੇ ਲਿਖ ਕੇ ਆਇਆ ਟਾਈਮ ਵੀ ਘੱਟ ਰਹਿ ਗਿਆ ਸੀ ਉਦੋਂ ਤਾਂ ਅਤੇ ਜਿਹੜੀ ਰੀਡਿੰਗ ਦਾ ਉਹ ਮੈਨੂੰ ਪਤਾ ਹੀ ਸੀਗਾ ਵੀ ਮੇਰੇ ਘਰ ਵੀ ਆਹੀ ਹਾਲ ਹੁੰਦਾ ਕਦੇ 19 ਰਹਿ ਗਏ ਕਦੇ 32 ਆ ਗਏ ਉਹ ਤਾਂ ਰਿਜ਼ਲਟ ਹੀ ਦੱਸੂ ਕਿੰਨੇ ਬਣਦੇ ਆ ਅਤੇ ਫਿਰ ਜਦੋਂ ਮੇਰਾ ਆਇਆ ਰਿਜ਼ਲਟ ਅਤੇ ਫਿਰ ਮੈਂ ਉਹਦੇ ਵਿੱਚ ਦੇਖਿਆ ਵੀ ਉਵੇਂ ਹੋਇਆ ਵੀ ਜਿੰਨਾ 'ਚ ਆਏ ਸੀ ਆਸ ਵੀ ਘੱਟਦੇ ਨੇ ਉਹਨਾਂ 'ਚ ਵੱਧ ਗਏ ਅਤੇ ਜਿੰਨਾ 'ਚ ਆਏ ਸੀ ਵੱਧ ਆਉਣਗੇ ਉਹਨਾਂ 'ਚ ਗਏ ਘੱਟ ਅਤੇ ਯਾਰ ਮੈਂ ਤੁਹਾਨੂੰ ਆਪਦਾ ਰਿਜ਼ਲਟ ਦਿਖਾਉਣਾ ਹੈਗਾ ਮੇਰੇ ਆ 17 ਪ੍ਰੋ ਮੈਕਸ 'ਚ ਅਤੇ ਇਸ ਤੋਂ ਬਾਅਦ ਫਿਰ ਮੈਂ ਜਦੋਂ ਮੇਰਾ ਰਿਜ਼ਲਟ ਦੇਖਿਆ ਮਤਲਬ ਬਹੁਤ ਵਧੀਆ ਲੱਗਿਆ ਓਵਰਆਲ 6.5 ਬੈਂਡ ਦਿੱਤੇ ਅਤੇ ਲਿਸਨਿੰਗ ਅਤੇ ਆਪਣਾ ਸਪੀਕਿੰਗ 'ਚੋਂ ਦਿੱਤੇ ਉਹਨਾਂ ਨੇ 6 ਜਿਨ੍ਹਾਂ ਦੀ ਮਤਲਬ ਵੱਧ ਦੀ ਆਸ ਸੀ ਅਤੇ ਰੀਡਿੰਗ ਅਤੇ ਰਾਈਟਿੰਗ 'ਚੋਂ ਦਿੱਤੇ 6.5 ਇਹ ਸੀ ਮਤਲਬ ਮੇਰਾ ਰਿਜ਼ਲਟ ਅਤੇ ਹੁਣ ਮੈਂ ਪੇਪਰ ਪੁਪਰ ਦੇ ਕੇ ਹੁਣ ਮੈਂ ਪੂਰਾ ਹੋ ਗਿਆ ਫ੍ਰੀ ਹੁਣ ਦੇਖਦੇ ਹਾਂ ਫਾਈਲ ਦਾ ਜੇ ਜਨਵਰੀ ਇਨਟੇਕ ਮਿਲਿਆ ਤਾਂ ਜਨਵਰੀ ਦਾ ਲਾਵਾਂਗੇ ਨਹੀਂ ਫਿਰ ਮਈ ਦੀ ਲੱਗੂ ਫਾਈਲ ਹੁਣ ਯੂਟਿਊਬ 'ਤੇ ਬਸ ਵੀਡੀਓ ਪਾਇਆ ਕਰੂੰਗਾ